ਜਿਹੜਾ ਬ੍ਰੈਂਪਟਨ ਇਸ ਟਾਈਮ ਆਏਗਾ ਇਸ ਸੈਲ ਤੇ ਉਹਨੂੰ ਕੰਮ ਬਿਲਕੁਲ ਨਹੀਂ ਮਿਲਣ ਲੱਗਾ ਹਨਾ। ਬਿਲਕੁਲ ਨਹੀਂ ਜੀ, ਬਿਲਕੁਲ ਨਹੀਂ, ਔਖਾ ਹੋਇਆ ਪਿਆ ਜੀ ਇੱਥੇ, ਬੰਦਾ ਡਾਲਰ ਡਾਲਰ ਨੂੰ ਤਰਸਣ ਦਿਆ ਬਿਲਕੁਲ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਆਪਣੇ ਨਾਲ ਵੀਰ ਸੁਖਪ੍ਰੀਤ ਤੇ ਪਿਛਲੀ ਵੀਡੀਓ ਚ ਵੀ ਆਏ ਹੋਣਗੇ ਹਨਾ, ਤੇ ਅੱਜ ਦਾ ਜੋ ਆਪਣਾ ਟੌਪਿਕ ਕਵਰ ਕਰਾਂਗੇ ਉਹ ਕਵਰ ਕਰਾਂਗੇ ਕਿ ਬੱਚੇ ਸਾਰੇ ਯਾਰ ਬ੍ਰੈਂਪਟਨ ਹੀ ਆਈ ਜਾਂਦੇ ਨੇ ਹਨਾ, ਬਿਲਕੁਲ, ਤੇ ਕੰਮ ਕੋ ਮਿਲਣ ਨਹੀਂ ਡਿਆ ਤੇ ਇੰਡੀਆ ਤੋਂ ਫੀਸਾਂ ਫੂਸਾਂ ਮੰਗਾਉਣੀਆਂ ਪੈਂਦੀਆਂ ਨੇ ਬੱਚਿਆਂ ਨੂੰ, ਤੇ ਕੀ ਕਹੋਗੇ ਮਤਲਬ ਕਿ ਬੱਚਿਆਂ ਨੂੰ ਕੀ ਸਲਾਹ ਦੇਣਾ ਚਾਹੋਗੇ? ਮੈਂ ਤਾਂ ਇਹੀ ਕਹੂੰਗਾ ਕਿ ਯਾਰਾਂ ਦੋਸਤਾਂ ਪਿੱਛੇ ਲੱਗ ਕੇ ਬ੍ਰੈਂਪਟਨ ਨਾ ਆਇਓ, ਇੱਥੇ ਕੰਮ ਕੁੰਮ ਕਾਫੀ ਘੱਟ ਗਿਆ ਆ ਤੇ ਹਾਂਜੀ ਪੋਪੂਲੇਸ਼ਨ ਵਧੀ ਜਾਂਦੀ ਆ, ਹਰ ਸਾਲ ਕਿੰਨੇ ਇਮੀਗ੍ਰੈਂਟਸ ਹਨ ਇੱਥੇ ਆਉਂਦੇ ਆ, ਇੰਡੀਆ ਤੋਂ ਵੀ ਆਉਂਦੇ ਆ, ਹੋਰ ਕੰਟਰੀਜ਼ ਤੋਂ ਵੀ ਆਉਂਦੇ ਆ, ਤਾਂ ਇੱਥੇ ਬਹੁਤ ਔਖਾ ਹੋਇਆ ਪਿਆ ਆ। ਉੱਥੇ ਜਾਓ ਜਿੱਥੇ ਤੁਹਾਨੂੰ ਕੰਮ ਵਗੈਰਾ ਵੀ ਮਿਲ ਜੇ ਤੇ ਕਾਲਜ ਵੀ ਉਹੀ ਲਓ ਜਿੱਥੇ ਤੁਹਾਡੀਆਂ ਕਲਾਸਾਂ ਕਲੂਸਾਂ ਵੀ ਘੱਟ ਲੱਗਣ ਤੇ ਤੁਹਾਨੂੰ ਉਹਨਾਂ ਨਾਲ ਕੰਮ ਕਰਨਾ ਵੀ ਸੌਖਾ ਹੋ ਜੇ। ਤੇ ਇੱਥੇ ਤਾਂ ਇਸ ਟਾਈਮ ਜਾਂ ਥੋੜ੍ਹਾ ਰੁਕ ਕੇ ਆਓ ਜਾਂ ਫਿਰ ਥੋੜੀ ਹੋਰ ਲੋਕੇਸ਼ਨ ਵੇਖ ਲਓ ਕਿ ਇੱਥੇ ਕੰਮ ਨਹੀਂ ਹੈਗਾ ਬਿਲਕੁਲ ਵੀ ਇਸ ਟਾਈਮ। ਜਿੰਨੇ ਵੀ ਲੋਕੀ ਆਉਂਦੇ ਨੇ ਉਹ ਸੋਚਦੇ ਨੇ ਯਾਰ ਮੇਰਾ ਮਾਸੀ ਦਾ ਮੁੰਡਾ, ਮੇਰਾ ਭੂਆ ਦਾ ਮੁੰਡਾ ਲੱਗਾ, ਉਹ ਬਸ ਉਹਨੇ ਹੀ ਕਹਿ ਦੇਣਾ ਯਾਰ ਚੱਲ ਕੋਈ ਨਹੀਂ ਆ ਜਾ ਵੇਖੀ ਜਾਏਗੀ ਲੱਭ ਜਾਏਗਾ ਕੰਮ ਹਨਾ। ਤੇ ਇਸ ਕਰਕੇ ਬਈ ਹਰ ਕੋਈ ਇੱਥੇ ਨਹੀਂ ਵੇਖਦਾ ਤੇ ਕੰਮ ਕੁੰਮ ਬਿਲਕੁਲ ਨਹੀਂ ਮਿਲਦਾ ਪਿਆ ਲੋਕਾਂ ਨੂੰ, ਘੱਟ ਘੱਟ ਤਿੰਨ ਤਿੰਨ ਚਾਰ ਚਾਰ ਮਹੀਨੇ ਹੋ ਚੱਲੇ ਨੇ। ਤੇ ਜਿੱਦਾਂ ਮੈਨੂੰ ਵੀ ਹੁਣ ਸੈਟਰਡੇ ਸੰਡੇ ਕੰਮ ਲੱਭਣਾ ਸੀ ਤੇ ਮੈਂ 6-7 ਕੰਪਨੀਆਂ 'ਚ ਗਿਆ, ਮੈਂ ਕਿਤੇ ਕੰਮ ਕੁੰਮ ਨਹੀਂ ਮਿਲਿਆ ਮੈਨੂੰ। ਤੇ ਉਹ ਪੇੜ ਚਾਲ ਨਾ ਬਣਾਓ ਹਨਾ, ਕਿ ਮਤਲਬ ਕਿ ਇੱਕ ਜਗ੍ਹਾ ਨਾ ਆਓ, ਇਹੀ ਸਲਾਹ ਦਵਾਂਗੇ ਕਿਉਂਕਿ ਤੁਸੀਂ ਸੋਚੋ ਕਿ ਅਗਰ ਆਪਾਂ ਤੁਹਾਨੂੰ ਡੀਮੋਟੀਵੇਟ ਕਰਨ ਡਿਆ, ਡੀਮੋਟੀਵੇਟ ਨਹੀਂ ਕਰਨ ਡਿਆ, ਜੋ ਐਕਚੁਅਲ ਚੀਜ਼ਾਂ ਚੱਲ ਰਹੀਆਂ ਨੇ ਇੱਥੇ ਆਪਾਂ ਤੁਹਾਨੂੰ ਉਹ ਦੱਸ ਰਹੇ ਹਨਾ। ਬ੍ਰੈਂਪਟਨ ਆ ਜਾਓ ਇੱਥੇ, ਏਜੰਸੀਆਂ ਦੀ ਏਜੰਸੀ ਘੁੰਮਦੇ ਜਾਓ, ਕੰਮ ਹੀ ਨਹੀਂ ਕਿਤੇ ਵੀ ਯਾਰ, ਕੰਮ ਹੈ ਹੀ ਨਹੀਂ ਦੇਣ ਕਿੱਥੋਂ, ਕੰਮ ਇਸ ਟਾਈਮ ਸਲੋ ਹੋਇਆ ਪਿਆ। ਈਵਨ ਕਿ ਮੈਂ ਟਰੈਕਿੰਗ ਕਰਦਾ, ਮੈਂ ਆਪ ਇੱਕ ਦਿਨ ਜਾਂਦਾ ਹਫ਼ਤੇ 'ਚ ਕੰਮ, ਤੇ ਬਾਕੀ ਦਿਨ ਉਬਰ ਕਰਨੀ ਪੈਂਦੀ ਹਨਾ। ਤੇ ਕਈ ਲੋਕਾਂ ਦੇ ਦਿਮਾਗ 'ਚ ਵਿੱਚ ਇਹ ਵੀ ਹੁੰਦਾ ਕਿ ਉਬਰ ਈਟ ਕਰ ਲਾਂਗੇ ਆ ਕੇ, ਉਬਰ ਈਟ ਤਾਂ ਕਿੰਨਾ ਉਹ ਵੀ ਕਿੰਨੀ ਕਰ ਲੋਗੇ, ਉਹ ਵੀ ਤੁਸੀਂ 2 ਦਿਨ ਬਾਅਦ ਕਹਿਣਾ ਕਿ ਚਕੋ ਬੰਦਾ ਹੀ ਨਹੀਂ। ਹਾਂਜੀ ਹਾਂਜੀ, ਤੇ ਬਾਕੀ ਨਾਲੇ ਪੜ੍ਹਾਈ ਵੀ ਮੈਨੇਜ ਕਰਨੀ ਨਾਲ ਦੀ ਨਾਲ ਹਨਾ। ਬਿਲਕੁਲ, ਤੇ ਇਸ ਕਰਕੇ ਥੋੜਾ ਸਰਚ ਰਿਸਰਚ ਕਰੋ, ਲੋਕੇਸ਼ਨ ਵਗੈਰਾ ਰਿਸਰਚ ਕਰੋ ਤੇ ਵੇਖ ਵੋ ਕਿਆ ਉਹ ਆਪਣਾ, ਕਿਉਂਕਿ ਇਸ ਟਾਈਮ ਜਿਹੜੇ ਹਾਲਾਤ ਨੇ ਬਹੁਤ ਮਾੜੇ ਨੇ। ਆਫੀਸ਼ੀਅਲੀ ਤੇ ਕੈਨੇਡਾ ਨੇ ਡਿਕਲੇਅਰ ਨਹੀਂ ਕੀਤਾ ਕਿ ਰਿਸੈਸ਼ਨ 'ਚ ਆ ਗਿਆ, ਬਟ ਚੀਜ਼ਾਂ ਤੇ ਦਿਖਣੀ ਡਈਆਂ ਨੇ ਨਾ ਰਿਸੈਸ਼ਨ ਦੇ ਵਿੱਚ, ਇਕਨੋਮੀ ਡਾਊਨ ਜਾਂਦੀ ਆ ਇਸ ਟਾਈਮ ਬਹੁਤ ਇੱਥੇ। ਤੇ ਬਾਕੀ ਥੋੜਾ ਆਪਣਾ ਸਾਰਾ ਕੁਝ ਵੇਖ ਵਾਖ ਕੇ ਆਓ ਜਿੰਨੇ ਵੀ ਲੋਕੀ ਆਉਂਦੇ ਨੇ, ਤੇ ਇਹੀ ਅੱਜ ਦੀ ਆਪਣਾ ਤੁਹਾਨੂੰ ਸਲਾਹ ਦੇਵਾਂਗੇ।